ਤੁਹਾਨੂੰ ਕਿਹੜੇ ਕਬੂਤਰ ਜ਼ਿਆਦਾ ਕਾਮਯਾਬ ਨਜ਼ਰ ਆਏ? ਮੈਂ ਤੇ ਕਹਿੰਦਾ ਵਾਂ ਜ਼ਬਰਦਸਤ ਕਬੂਤਰ ਟੈੜੀ ਨੇ ਮਨ ਨੰਬਰ, ਮੈਂ ਤੇ ਟੈੜੀ ਤੋਂ ਅੱਛਾ ਕਬੂਤਰ ਨਹੀਂ ਕਿਸੇ ਨੂੰ ਤਸਲੀਮ ਕਰਦਾ। ਅੱਛਾ ਬਿਲਕੁਲ ਸਹੀ, ਟੈੜੀ ਤੋਂ ਬਾਅਦ ਜਿਹੜਾ ਨਾ ਕਮੱਗਰ ਦਾ ਰੋਲ ਆਉਂਦਾ ਇਹਦਾ ਆਉਂਦਾ। ਅੱਛਾ ਕਮੱਗਰ ਦਾ ਰੋਲ, ਬਾਕੀ ਕਬੂਤਰ ਅੱਛੇ ਨੇ ਲੇਕਿਨ ਇਹਨਾਂ ਤੋਂ ਥੱਲੇ। ਦੇਖੋ ਮੈਨੂੰ ਇੱਕ ਬਾਤ ਦਾ ਜਵਾਬ ਦਿੱਤੀ ਸਾਰੇ ਦੋਸਤ, ਪੂਰੀ ਦੁਨੀਆ ਦੇ ਕਬੂਤਰ ਕਿਹੜੇ ਫੈਲੇ ਨੇ? ਚੋਈ ਸਖੀ ਵਾਲੇ ਟੈੜੀ, ਮੀਆਂ ਨਜ਼ੀਰ ਵਾਲੇ ਕਬੂਤਰ ਲਾ ਲਓ, ਉਹ ਟੈੜੀ ਲਾ ਲਓ, ਉਹ ਤੁਸੀਂ ਗੋਲਡਨ ਲਾ ਲਓ, ਕੋਈ ਵੀ ਬਰੀਡ ਲਾ ਲਓ, ਲਾਲ ਵਾਲੀ ਬਰੀਡ ਲਾ ਲਓ, ਹਾਂਜੀ ਮੈਂ ਰਿਸਕਰ ਵਾਲੇ ਕਬੱਗਰ ਕਬੂਤਰ ਨੇ, ਪੂਰੀ ਦੁਨੀਆ ਹਰ ਬੰਦੇ ਨੇ ਜਾ ਕੇ ਇਹਨਾਂ ਕਬੂਤਰਾਂ ਦਾ ਹੀ ਟੈਚ ਆਪਣੇ ਕਬੂਤਰਾਂ 'ਚ ਦਿੱਤਾ ਅਤੇ ਕਬੂਤਰ ਅੱਛੇ ਹੋਏ ਨੇ। ਕਦੀ ਦੌਰ ਹੁੰਦਾ ਸੀ ਤੋਂ 20-30 ਸਾਲ ਪਹਿਲੇ ਵੀ ਸਿਆਲਕੋਟੀ ਕਬੂਤਰ ਬਹੁਤ ਅੱਛੇ ਨੇ, ਅੱਜ ਟੈਰੀਆਂ ਨੇ ਸਾਬਤ ਕਰਤਾ ਦੁਬਈ ਕਿਹੜੇ ਕਬੂਤਰ ਉੱਡ ਰਹੇ ਨੇ। ਮੇਰੇ ਸ਼ਗਿਰਦ ਨੇ ਕਯੂਮ ਮਸਕਰ ਸਾਊਦੀ ਅਰਬ, ਮੇਰੇ ਸ਼ਗਿਰਦ ਅਬੂ ਉਮਰ ਮੱਤਰ ਸਲੀਮ ਸ਼ਾਮੀ ਹੋਣੀ ਸਾਰੇ ਟੈੜੀ ਕਬੂਤਰ ਉੱਡ ਰਹੇ ਨੇ। ਅਕਸਰੀਅਤ ਟੈੜੀਆਂ ਨੇ ਕਬੂਤਰਬਾਜ਼ੀ ਸਵਾਰੀ ਹੈ। ਆਸ਼ਕ ਹੁਸੈਨ ਸਾਹਿਬ ਨੇ ਦੁਬਈਓਂ ਲੈ ਕੇ ਆਏ ਟੈੜੀ ਕਬੂਤਰ, ਰਾਜਾ ਕਾਕਾ ਸਾਹਿਬ ਨੇ ਦੁਬਈਓਂ ਟੈੜੀ ਕਬੂਤਰ ਲੈ ਗਏ ਨੇ। ਤੁਸੀਂ ਮੇਰੇ ਗੱਲ ਦਾ ਜਵਾਬ ਦਿਓ, ਬੰਦਾ ਘਰ ਅੱਛੀ ਚੀਜ਼ ਰੱਖਦਾ ਹੈ ਬੁਰੀ? ਤੁਸੀਂ ਕਿਸੇ ਕੋਲ ਚੀਜ਼ ਲੈ ਕੇ ਆਓਗੇ ਅੱਛੀ ਲਿਆਓਗੇ ਕਿ ਬੁਰੀ ਲਿਆਓਗੇ? ਅਗਰ ਇਹ ਅੱਛੇ ਸਨ ਤੇ ਇਹ ਦੁਬਈਓਂ ਲਾਹੌਰ ਲੈ ਕੇ ਆਏ ਨਾ ਕਬੂਤਰ, ਜਾਂ ਜੇਲਮ ਲੈ ਕੇ ਆਏ ਜਾਂ ਸਿਆਲਕੋਟ ਲੈ ਕੇ ਆਏ ਨੇ, ਕਬੂਤਰ ਸਭ ਨਾਲ ਅੱਛਾ ਟੈੜੀ ਹੈ। ਇਸ ਗੱਲ ਨੂੰ ਕੋਈ ਤਸਲੀਮ ਕਰੇ ਜਾਂ ਨਾ ਕਰੇ, ਮਲਿਕ ਸਾਹਿਬ ਤੁਸੀਂ ਐਕਸਪੀਰੀਅੰਸ ਦੱਸ ਰਹੇ ਸੀਗੇ, ਤੁਹਾਡੇ ਕਬੂਤਰ ਬਾਹਰ ਤੇ ਬੜਾ ਅੱਛਾ ਪਰਫਾਰਮ ਕਰ ਰਹੇ ਨੇ, ਮੁਖਤਲਿਫ ਛਤਾਂ ਤੇ ਗਏ ਔਰ ਬੜਾ ਅੱਛਾ ਉਹਦਾ ਰਿਜ਼ਲਟ ਨਿਕਲਿਆ, ਤੁਸੀਂ ਕੀ ਕਹੋਗੇ? ਮੈਂ ਮੇਰਾ ਹੀ ਟੈਕਨੀਕਲ ਸਵਾਲ ਜਿਹੜਾ ਮੈਂ ਨਦੀਮ ਸਾਹਿਬ ਤੋਂ ਕੀਤਾ, ਤੁਹਾਡੇ ਕੋਲ ਜਿਹੜੇ ਕਬੂਤਰਾਂ ਨੇ ਰਿਜ਼ਲਟ ਦਿੱਤਾ, ਤੁਹਾਡੀ ਆਪਣੀ ਬਰੀਡਾਂ ਨੇ ਜਿਹੜਾ ਜਨੀਆਂ ਨੇ ਕਬੂਤਰਾਂ ਕਿ ਉਸ ਲੜੀ ਨੇ ਚੱਲਦੇ ਹੋਏ, ਅਤੇ ਤੁਸੀਂ ਕੀ ਡਿਫਰ ਕਰੋਗੇ, ਤੁਸੀਂ ਕੀ ਫਰਕ ਕੀ ਕਰੋਗੇ? ਜਿਹੜੇ ਕਬੂਤਰ ਨੇ ਨਾ ਸਾਡੇ ਵਾਲੇ, ਸਾਡੇ ਵਾਲੇ ਕਬੂਤਰ ਨੇ ਮੌਸਮ ਖੜਾ ਹੋਵੇ, ਟੈਂਪਰੇਚਰ ਜਿੰਨਾ ਵੀ ਹੋਵੇ, ਭਾਵੇਂ 46, 47, 48 ਮੌਸਮ ਦੀ ਖਰਾਬੀ ਨਾ ਆਵੇ, ਜਿਵੇਂ ਅੱਜ 47 ਪਿਆ ਅਗਲੇ ਦਿਨ 46, ਅਤੇ ਫਿਰ ਸਾਡੇ ਕਬੂਤਰ ਬਹੁਤ ਅਨਰਜ਼ਲਟ ਦਿੰਦੇ। ਦੇਖੋ ਨਾ, ਮੈਂ ਗੁਜ਼ਨਫਰ ਮਹਿਰ ਕੋਲ ਸੱਖਰ ਭੇਜੇ, ਤੁਹਾਡੀ ਮੇਰੀ ਬਹਿਸ ਹੋਈ ਇਸ ਗੱਲ 'ਤੇ ਕਿ ਤੁਸੀਂ ਕਿਹਾ ਯਾਰ ਇਹ ਕਿਉਂ ਨਹੀਂ, ਮੈਂ ਕਿਹਾ ਯਾਰ ਗੱਲ ਸਮਝੋ, ਖੜ੍ਹੇ ਮੌਸਮ ਦੀ ਗੱਲ ਹੈ, ਆਪਾਂ ਉੱਥੇ ਗੁਜ਼ਨਫਰ ਨੂੰ ਦੇਖ ਵੇਖ ਲੈਂਦੇ ਹਾਂ, ਉੱਥੇ ਬੱਚੇ ਚੈਂਪੀਅਨ ਹੋਏ, 7-7 ਵਜੇ ਦੇ ਪਰਵਾਜ਼ਾਂ ਦਿੱਤੀਆਂ ਗਰਮੀ 'ਚ, ਸੱਖਰ ਗਰਮੀ ਥੋੜ੍ਹੀ ਦੇਣੀ, ਲਾਹੌਰ ਦੇ ਆ ਜਾ ਕੇ ਮੌਸਮ ਨਹੀਂ ਸੂਟ ਕਰਦੇ ਚੰਗੇ ਕਬੂਤਰ ਵਾਸਤੇ, ਮੌਸਮ ਨਹੀਂ ਹੈਗੇ, ਮੌਸਮ ਬਦਲ ਗਿਆ। ਦੇਖੋ 2019 ਦੇ ਵਿੱਚ ਪੂਰਾ ਰਮਜ਼ਾਨ ਦਾ ਮਹੀਨਾ ਮੌਸਮ ਖੜਾ ਰਿਹਾ, ਮੇਰੇ 15-15, 18-18 ਕਬੂਤਰ ਤੁਸੀਂ ਮੇਰੇ ਕੋਲ ਜਾਂਦੇ ਵੀ ਸੀ, 3-4 ਵੀ ਤੋਂ ਪਾਰ ਪੈਂਦੇ ਸੀ, ਕੋਈ ਕਬੂਤਰ ਮੇਰਾ ਫੜਕਾਂ 'ਚ ਜ਼ਾਇਆ ਨਹੀਂ ਹੋਇਆ। ਮੈਨੂੰ ਇਹ ਲੱਗਦਾ ਸੀ ਕਿ ਜਿਹੜੇ ਜਿਹੜੇ ਘਰਾਂ ਨਾਲ ਮੇਰੀਆਂ ਬਾਜ਼ੀਆਂ ਨੇ, ਮੈਂ ਸਾਰਿਆਂ ਨੂੰ ਚੌਕੇ 'ਚ ਫਰਕ ਕਰ ਦੇਣਾ। ਬਾਜ਼ੀ ਆਈ ਹੈ, ਪਹਿਲੀ ਬਾਜ਼ੀ ਉੜੀ, ਉਸ ਤੋਂ ਬਾਅਦ ਬਾਰਿਸ਼ਾਂ ਸ਼ੁਰੂ ਹੋ ਗਈਆਂ, ਤੂਫਾਨ ਪੈਣੇ ਸ਼ੁਰੂ, ਕਬੂਤਰ ਸਾਰੇ ਜ਼ਾਇਆ ਹੋ ਗਏ, ਚੰਗੇ ਕਬੂਤਰ ਦਾ ਮੌਸਮ ਹੀ ਨਹੀਂ ਰਿਹਾ। ਮੌਸਮ ਟਿਕੇਗਾ ਨਾ, ਕੋਈ ਵੀ ਅੱਛਾ ਕਬੂਤਰ ਹੈ, ਉਹ ਚਾਹੇ ਉਹ ਟੈਡੀ ਹੈ, ਚਾਹੇ ਗੋਲਡਨ ਹੈ, ਚਾਹੇ ਡੱਬਲ ਹੈ, ਉਹ ਸਾਰੇ ਅੱਛੇ, ਹਰ ਆਪਣੀ ਨਸਲ 'ਚ ਅੱਛਾ ਕਬੂਤਰ ਉੜੇਗਾ ਮੌਸਮ ਦੇ ਨਾਲ। ਸਰ ਹਿੱਟ ਲਵਾਉਣਾ ਮੁਸ਼ਕਿਲ ਹੈ ਅਤੇ ਐਵਰੇਜ ਬਣਾਉਣਾ ਮੁਸ਼ਕਿਲ? ਹਿੱਟ ਲਵਾਉਣਾ ਮੁਸ਼ਕਿਲ ਹੈ। ਅੱਛਾ, ਐਵਰੇਜ ਬਣਾਉਣਾ ਆਸਾਨ ਹੈ। ਅੱਛਾ, ਐਵਰੇਜ ਦੇਖੋ ਜੀ, ਤੁਹਾਡਾ ਕਬੂਤਰ 8 ਘੰਟੇ 9 ਘੰਟੇ ਉੱਡ ਰਿਹਾ, ਤੁਸੀਂ ਨਜ਼ਾਰਾ ਸਮਝਦਾ ਕਿ ਛੱਡੋਗੇ ਉਹ ਘਰ ਆ ਜਾਏਗਾ। ਹੁਣ ਤੁਹਾਡੀ ਹੇਟੇ ਸਾਡੇ ਲਾਹੌਰ ਜਿਹੜਾ ਆਖਰੀ ਦੀ ਬਾਜ਼ੀ ਹੁੰਦੀ ਹੈ, ਸਾਡੇ ਸਾਰੇ ਕਬੂਤਰ ਅੱਛੇ ਉੱਡਣ ਨਾਲ, ਅਗਰ ਰਾਤ ਨੂੰ ਅਸੀਂ ਬਾਜ਼ੀ ਹਾਰ ਗਏ ਨਾ, ਉਹ ਸਾਰਾ ਵੀ ਹਲੇ ਗਿਣਿਆ ਜਾਂਦਾ। ਇਸ ਤਰ੍ਹਾਂ ਦੇ ਸਾਡੀ ਕੋਸ਼ਿਸ਼ ਹੁੰਦੀ ਕਿ ਸਾਡਾ ਇੱਕ ਬੈਂਡ, ਦੋ ਬੈਂਡ, ਬਾਜ਼ੀ ਬੈਂਡ ਜਿੱਤ ਕੇ ਬਾਜ਼ੀ ਬੈਂਡ ਅਤੇ। ਅੱਛਾ, ਇੱਕ ਹੋਰ ਬੜਾ ਟੈਕਨੀਕਲ ਸਵਾਲ ਹੈ, ਮੈਂ ਬਾਹਰ ਗਿਆ, ਮੈਂ ਦੇਖਿਆ ਸ਼ਾਮ ਦੇ ਟਾਈਮ ਕਬੂਤਰ ਖੇਡ ਰਹੇ ਆ ਲਾਹੌਰ 'ਚ, ਸਾਨੂੰ ਅਗਰ ਦੇਖੀ ਤਾਂ ਬੜਾ ਘੱਟ ਮਿਲਦਾ। ਮੈਂ ਮਲਿਕ ਸਾਹਿਬ ਨੂੰ ਵੀ ਕਿਹਾ, ਮੈਂ ਕਿਹਾ ਮਲਿਕ ਸਾਹਿਬ ਇਹ ਕੈਂਚੀ ਦੀ ਤਰ੍ਹਾਂ ਪੜ ਚੱਲ ਰਹੇ ਨੇ, ਲਾਹੌਰ ਆਉਂਦਾ ਕਬੂਤਰ ਇਹ ਜਾਂਦਾ ਜਹਾਜ਼ ਤੇ, ਇਹ ਇਹ ਗਿਆ ਪਰ ਉਹਨੂੰ ਛੱਡਿਆ ਉਹਨੇ ਡੈਮ ਨਹੀਂ ਲਾਉਣਾ, ਇਹ ਕੀ ਵਜ੍ਹਾ? ਤੁਸੀਂ ਮੇਰੇ ਗੱਲ ਦਾ ਜਵਾਬ ਦਿਓ, ਤੁਸੀਂ ਗੱਡੀ 'ਚ ਸਫ਼ਰ ਕਰਦੇ ਹੋ, ਉਹਦੇ ਸ਼ੀਸ਼ੇ ਬੰਦ ਕੀਤੇ ਹੁਣ ਚਲਾ ਰਹੇ ਹੋ, ਤੇ ਤੁਸੀਂ ਮੋਟਰਸਾਈਕਲ ਤੇ ਸਫ਼ਰ ਕਰ ਰਹੇ ਹੋ, ਉਹਦਾ ਦਾ ਕੀ ਫ਼ਰਕ ਹੈ? ਬੜਾ ਫ਼ਰਕ ਹੈ, ਜਿਸ ਲਾਹੌਰ ਦਾ ਤੇ ਬਾਹਰ ਦੇ ਸ਼ਹਿਰ ਦਾ ਫ਼ਰਕ ਹੈ। ਇੱਥੇ ਗਰਦ ਬਹੁਤ ਸਮਾਨ 'ਚ, ਜਿਸ ਵਕਤ ਕਬੂਤਰ ਤੇ ਉੱਡਦਾ ਨਾ, ਉਹਨੂੰ ਆਕਸੀਜਨ ਪੂਰੀ ਨਹੀਂ ਮਿਲਦੀ, ਨਾਸਾ 'ਚ ਗਰਦ ਜਾਂਦੀ ਹੈ ਕਿ ਜਾਂਦੀ ਉਹ, ਜਿਸ ਵਕਤ ਗਰਦ ਜਾਂਦੀ ਹੈ ਉਹਦੇ ਅੰਦਰ ਦਾ ਪਾਣੀ ਜਲਦੀ ਖੁਸ਼ਕ ਹੁੰਦਾ ਹੈ, ਅਦਰ ਕਬੂਤਰ ਫਿਰ ਨਾ ਆਪਣਾ ਜ਼ਿਹਨੀ ਤਵਾਜ਼ਨ ਜ਼ਿਆਦਾ ਕਾਇਮ ਨਹੀਂ ਰੱਖਦਾ। ਬਾਹਰ ਦੀ ਫਿਜ਼ਾ ਸਾਫ਼ ਹੈ, ਕਬੂਤਰ ਨੂੰ ਐਸੀ ਕੋਈ ਪ੍ਰੋਬਲਮ ਨਹੀਂ ਹੁੰਦੀ, ਨਾ ਆਕਸੀਜਨ ਦੀ ਕਮੀ ਹੁੰਦੀ ਹੈ, ਨਾ ਉਹਦੇ ਅਗਰ ਪਾਣੀ ਖੁਸ਼ਕ ਹੁੰਦਾ ਅੰਦਰ ਦਾ, ਉਹ ਕਬੂਤਰ ਸ਼ਾਸ਼ ਪਿਸ਼ਾਸ਼ ਪੈ ਜਾਂਦਾ, ਇਹ ਫਰਕ ਹੈ। ਟੈਂਪਰੇਚਰ ਦੀ ਕੋਈ ਮਸਲਾ ਨਹੀਂ, ਟੈਂਪਰੇਚਰ ਦੇ ਤੁਸੀਂ ਮੇਰੇ ਅੱਗੇ ਸਵਾਲ ਕੀਤਾ, ਅਜ਼ਹਰ ਬਰਾਏ ਦੀ ਛੱਤ ਤੇ ਸੀ ਗਿਆ ਕਿ ਕਬੂਤਰ ਬੜੇ ਫਰੈਸ਼ ਉੱਡ ਰਹੇ ਨੇ, ਬੜੇ ਕੈਂਚੀ ਤਰ੍ਹਾਂ ਪੜ ਚਲਾ, ਤੁਹਾਨੂੰ ਕੀ ਲੱਗਦਾ ਕਬੂਤਰ ਉੱਡੇ ਨੇ? ਮੈਂ ਕਿਹਾ ਜੀ ਉੱਡੇ ਨੇ, ਮੈਂ ਕਿਹਾ ਕਬੂਤਰ ਬਾਜ਼ ਨਾਲ ਕਬੂਤਰ ਉੱਡੇ ਨੇ, ਇਹਨਾਂ ਦਾ ਮੌਸਮ ਬੜਾ ਅੱਛਾ ਹੈ,
ਇਹਨਾਂ ਚ ਕੋਈ ਕਮੀ ਨਹੀਂ ਹੋਈ, ਕਬੂਤਰ ਅੱਛੇ ਹੋ ਗਏ। ਅੱਛਾ ਠੀਕ ਹੈ, ਬਹੁਤ ਅੱਛੇ। ਯਾਨੀ ਅੱਜ ਮੈਂ ਤਾਂ ਨਤੀਜਾ ਕੱਢਿਆ ਮੇਰੀ ਗੁਫ਼ਤਗੂ ਦੇ ਆਖਰੀ ਕਿ ਲਾਹੌਰ ਦਾ ਜਿਹੜਾ ਕਲਾਈਮੇਟ ਹੈ ਉਹ ਤੁਹਾਡੇ ਮੁਤਾਬਿਕ ਸੂਟ ਨਹੀਂ ਕਰਦਾ। ਕਬੂਤਰਾਂ ਦਾ ਮਸਲਾ ਨਹੀਂ ਹੈ, ਉਸਤਾਦੀ ਦਾ ਮਸਲਾ ਨਹੀਂ ਹੈ, ਅਸਲ ਮਸਲਾ ਹੈ ਕਲਾਈਮੇਟ ਦਾ। ਇੱਥੇ ਜਿਹੜਾ ਸ਼ੌਪ ਕਰਨਾ ਹੈ ਇਟ ਇਜ਼ ਟੂ ਡਿਫਿਕਲਟ। ਲਾਹੌਰ ਦੇ ਉਸਤਾਦੀ ਦਾ ਮਸਲਾ ਹੋਵੇ ਤੇ ਡਾਕਟਰ ਫਰੀਦ ਸਾਹਿਬ ਦਾ ਨਵਾਂ ਨਵਾਂ ਰਿਜ਼ਲਟ ਦੇ ਗਏ ਨੇ। ਹਾਂ ਠੀਕ ਹੈ, ਲਾਹੌਰ 'ਚ ਕਿਉਂ ਨਹੀਂ ਡਾਕਟਰ ਸਾਹਿਬ ਨੇ ਕਦੇ ਇਸ ਤਰ੍ਹਾਂ ਕਬੂਤਰ ਡਾਏ? ਅੱਛਾ ਬਹੁਤ ਅੱਛੇ, ਇਹਦੇ 'ਚ ਬੜਾ ਲੋਜੀਕਲੀ ਗੁਫ਼ਤਗੂ ਕੀ ਹੈ। ਔਰ ਮੇਰੇ ਖਿਆਲ ਮੇਂ ਜੋ ਦੋ ਸਾਥੀ ਇਸ ਸਿਲਸਿਲੇ ਕੋ ਦੇਖ ਰਹੇ ਥੇ, ਮਕਸਦ ਯਹੀ ਥਾ ਕਿ ਯੇ ਬਹੁਤ ਸਾਰੇ ਜੋ ਸਵਾਲਾਤ ਲੋਕ ਮੁਝਸੇ ਕਰਤੇ ਥੇ, ਆਜ ਮੈਨੇ ਦੋ ਐਸੇ ਪਲੇਅਰੋਂ ਸੇ ਜੋ ਪ੍ਰੈਕਟੀਕਲੀ ਕਾਮ ਕਰਨੇ ਕੇ ਮਾਹਿਰ ਹੈ, ਜਿਨ੍ਹੋਂਨੇ ਸ਼ੌਕ ਮੇਂ ਬਤਾਇਆ ਹੈ ਕਿ ਜੀ ਨਾ ਕੋਈ ਜ਼ਬਾਨੀ ਬਾਤ ਕੀ ਹੈ, ਨਾ ਕਭੀ ਕੋਈ ਦਾਵਾ ਕੀਆ ਹੈ, ਨਾ ਕਭੀ ਕੋਈ ਪੋਸਟ ਲਗਾਈ ਹੈ। ਉਹਨੇ ਇੱਕ ਹੀ ਕਾਮ ਕੀ ਹੈ, ਉੜਾ ਕੇ ਦਿਖਾਏ ਹੈ, ਬਣਾ ਕੇ ਦਿਖਾਏ ਹੈ। ਅਗਰ ਨਦੀਮ ਸਾਹਿਬ ਹੈ ਤਾਂ ਉਨ੍ਹਾਂ ਰਿਕਾਰਡ ਬੱਚੇ ਬੱਚੇ ਕੋ ਪਤਾ ਹੈ। ਇੱਕ ਬੰਦਾ ਕਹਿ ਰਿਹਾ ਜੀ ਅਲੀ ਸਾਹਿਬ ਨੇ, ਉਸਤਾਦ ਜੀ ਵੈਸੇ ਆਪਕੀ ਦਾਵਤ ਪੇ ਉਸਤਾਦ ਮੁਸਤਫਾ ਅੱਡੇ ਵਾਲੇ ਆਏ ਥੇ, ਆਪ ਕਿਉਂ ਨਹੀਂ ਗਏ ਗੁਜਰਾਂ ਵਾਲਾ ਉਸਤਾਦ ਜੀ? ਨਹੀਂ ਵੋ ਦੇਖੇ, ਬਾਤ ਯੇ ਹਮੇ ਕਰਨੇ ਕੀ ਨਹੀਂ ਹੈ। ਆਪ ਮੈਂ ਜੋ ਬਾਤ ਕਰ ਰਹਾ ਥਾ ਕਿ ਅਭੀ ਨਦੀਮ ਸਾਹਿਬ ਨੇ ਕਿਹਾ ਕਿ ਜੀ ਡਾਕਟਰ ਸਾਹਿਬ ਅਭੀ ਰੀਸੈਂਟਲੀ ਕਰਕੇ ਆਏ ਹੈ, ਯੇ ਉਨ ਲੋਕੋਂ ਕੇ ਲੀਏ ਜਵਾਬ ਹੈ। ਉਨ ਲੋਕੋਂ ਕੇ ਲੀਏ ਜਵਾਬ ਯੇ ਹੈ ਕਿ ਜੀ ਅਭੀ ਰੀਸੈਂਟਲੀ ਡਾਕਟਰ ਸਾਹਿਬ ਉਨ੍ਹੀਂ ਕੇ ਏਰੀਏ ਮੇਂ ਜਾ ਕੇ ਪਰਫਾਰਮ ਕਰਕੇ ਦਿਖਾ ਚੁੱਕੇ ਹੈ। ਅਬ ਬਾਰੀ ਕੋਰਟ ਇਨਕੇ ਬਕੌਲ ਦੂਸਰੋਂ ਕੇ ਮੇਂ ਹੈ, ਉਨਕੇ ਕੋਰਟ ਮੇਂ ਹੈ ਗੇਂਦ, ਕਿ ਵੋ ਆ ਕੇ ਆਪਣਾ ਫਰਜ਼ ਪੂਰਾ ਕਰੇ। ਕਿਉਂਕਿ ਯਹਾਂ ਸੇ ਤੋ ਲਾਹੌਰ ਸੇ ਬਾਹਰ ਉਸਤਾਦ ਵਹਾਂ ਜਾ ਕੇ ਉੜਾ ਕੇ ਦਿਖਾ ਕੇ ਮਨਾ ਕੇ ਆ ਗਏ। ਔਰ ਮੈਂ ਬਾਤ ਕਰ ਰਿਹਾ ਤਾਂ ਦੂਸਰੀ ਸ਼ਖਸੀਅਤ ਵੀ ਐਸੀ, ਉਸਤਾਦ ਮਲਿਕ ਮੁਬੱਸ਼ਰ ਕੋਕਰ, ਜਿਨ੍ਹੋਂਨੇ ਲਾਹੌਰ ਮੇਂ ਵੀ ਸਾਤ ਕਾ ਪਹਾੜਾ ਪੜਾਇਆ। ਪਾਂਚ ਕਬੂਤਰ ਜਬ ਉਹ ਬੈਠੇ ਸਾਤ ਵਜੇ ਕੇ ਬਾਅਦ, ਯਾਨੀ ਕਿਉਂਕਿ ਫੋਨ ਕਰਕੇ ਪੁੱਛ ਰਹੇ ਥੇ ਇਨਸੇ, ਮੈਨੂੰ ਯਾਦ ਹੈ ਵਿਸਾਖ ਕਾ ਇਤਵਾਰ ਥਾ, ਕਿ ਮਲਿਕ ਸਾਹਿਬ ਖੈਰ ਹੈ? ਕਹਿੰਦੇ ਜੀ ਕੋਈ ਬੈਠਾਂਗੇ ਤਾਂ ਲਿਖਾਵਾਂਗੇ। ਇੰਝ ਹੀ ਹੈ, ਪਾਂਚ ਵਜੇ ਬਾਤ ਹੋਈ, ਫਿਰ ਛੇ ਵਜੇ ਮੈਂ ਕਹਿੰਦੇ ਕਿ ਕੋਈ ਬੈਠਿਆ ਹੀ ਨਹੀਂ ਤਾਂ ਮੈਂ ਲਿਖਾਵਾਂਗੀ ਤੋਂ। ਇੰਝੀ ਆ, ਤਾਂ ਯੇ ਵੋ ਸ਼ਖਸੀਅਤ ਹੈ, ਪ੍ਰੈਕਟੀਕਲ ਸ਼ਖਸੀਅਤ ਹੈ। ਮਕਸਦ ਕਿਸੀ ਕੇ ਮਕਸਦ ਕੋਈ ਐਸਾ ਨਹੀਂ ਥਾ, ਮਕਸਦ ਯੇ ਥਾ ਕਿ ਜੋ ਸਵਾਲ ਲੋਕੋਂ ਮੇਂ ਪੁੱਛੇ ਜਾਤੇ ਹੈ ਉਨਕਾ ਜਵਾਬ ਦਿਆ ਜਾ ਸਕੇ, ਉਨਕਾ ਬਤਾਇਆ ਜਾ। ਮਲਿਕ ਸਾਹਿਬ ਇੱਕ ਬਾਤ ਕਰਨਾ ਚਾਹ ਰਹੇ ਥੇ ਆਪ? ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ, ਜਿੰਨੇ ਵੀ ਪੰਜਾਬ ਦੇ ਉਸਤਾਦ ਨੇ, ਸਾਡੀਆਂ ਗੱਲ ਕਰਨ ਦਾ ਮਕਸਦ ਇਹ ਨਹੀਂ ਬੇਰੁਜ਼ਗਾਰੀ ਕਰ ਰਹੇ ਹਾਂ, ਅਸੀਂ ਸਿਰਫ ਆਪਣੇ ਲਾਹੌਰ ਦੇ ਮੌਸਮ ਦੀ ਗੱਲ ਕਰ ਰਹੇ ਸੀ। ਕਹਿ ਰਹੇ ਕੋਈ ਸਾਡੇ ਨਾਲ ਤੁਸੀਂ ਆ ਕੇ ਬਾਜ਼ੀਆਂ ਉਡਾਓ ਜਾਂ ਤੁਸੀਂ ਅੱਛੇ ਉਸਤਾਦ ਨਹੀਂ, ਇਹ ਗੱਲ ਨਹੀਂ ਹੋ ਰਹੀ। ਜਿਹੜਾ ਵੀ ਬੰਦਾ ਕਮੈਂਟਸ ਕਰ ਰਿਹਾ ਨਾ, ਇਹ ਗੱਲ ਨਹੀਂ ਹੋ ਰਹੀ, ਅਸੀਂ ਗੱਲ ਕੋਈ ਹੋਰ ਕਰ ਰਹੇ ਹਾਂ, ਤੁਸੀਂ ਉਸ ਗੱਲ ਨੂੰ ਸਮਝੋ। ਅਸੀਂ ਦੇਖੋ ਨਾ, ਡਾਕਟਰ ਸਾਹਿਬ ਦੀ ਗੱਲ ਹੋ ਰਹੀ ਸੀ, ਡਾਕਟਰ ਸਾਹਿਬ ਲਾਹੌਰੋਂ ਬਾਹਰ ਗਏ ਨਾ, ਬੜਾ ਅੱਛਾ ਰਿਜ਼ਲਟ ਦਿੱਤਾ, ਲਾਹੌਰ 'ਚ ਕਿਉਂ ਨਹੀਂ ਅੱਛਾ ਰਿਜ਼ਲਟ ਆ ਰਿਹਾ? ਸਿਰਫ ਇਹ ਗੱਲ ਆ ਰਹੀ, ਮੌਸਮ ਦਾ ਫਰਕ ਆਉਂਦਾ ਪਿਆ। ਬੰਦੇ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਅੱਛੇ ਉਸਤਾਦ ਨਹੀਂ ਹੋ, ਤੁਸੀਂ ਅੱਛੇ ਕਬੂਤਰ ਨਹੀਂ ਉਡਾ ਸਕਦੇ, ਜਾਂ ਤੁਸੀਂ ਆ ਕੇ ਇੱਥੇ ਬਾਜ਼ੀਆਂ ਉਡਾਓ। ਇਹ